ਗਲੋਬਲ ਪੰਜਾਬ ਟੀਵੀ ਵੇਖਣ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਮੈਂ ਹਾਜ਼ਰ ਹਾਂ ਤੁਹਾਡਾ ਹਫ਼ਤਾਵਾਰੀ ਪ੍ਰੋਗਰਾਮ ਸਿਹਤ ਵਿਗਿਆਨ ਲੈ ਕੇ। ਬੀਤੇ ਹਫ਼ਤੇ ਦੇ ਪ੍ਰੋਗਰਾਮ ਵਿੱਚ ਮੈਂ ਤੁਹਾਡੇ ਨਾਲ ਅਰਥਰਾਈਟਿਸ, ਰਿਊਮੇਟਿਜ਼ਮ, ਓਸਟੀਓ ਅਰਥਰਾਈਟਿਸ, ਮਾਈਲਾਈਟਿਸ, ਟੈਂਡੇਨਾਈਟਿਸ ਵਗੈਰਾ ਵਗੈਰਾ ਜਿਹੜੀਆਂ ਟਰਮਸ ਆਮ ਤੌਰ 'ਤੇ ਇਸਤੇਮਾਲ ਕੀਤੀਆਂ ਜਾਂਦੀਆਂ ਨੇ ਮੈਡੀਕਲ ਦੇ ਵਿੱਚ, ਉਹਨਾਂ ਬਾਰੇ ਸਾਂਝ ਪਾਈ ਸੀ ਅਤੇ ਉਹਨਾਂ ਬਾਰੇ ਤੁਹਾਨੂੰ ਡਿਟੇਲ ਨਾਲ ਇਹ ਗੱਲ ਦੱਸੀ ਸੀ ਕਿ ਅਸਲ ਵਿੱਚ ਹਕੀਕਤ ਕੀ ਹੈ ਇਹਨਾਂ ਦੇ ਪੈਦਾ ਹੋਣ ਦੀ, ਔਰ ਇਹਨਾਂ ਦੇ ਨਾਮਕਰਨ ਇਸ ਤਰ੍ਹਾਂ ਕਿਉਂ ਬਣੇ ਹਨ, ਉਹਦੇ ਪਿੱਛੇ ਜੋ ਸਾਰੀ ਕਹਾਣੀ ਸੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਸੀ। ਮੈਂ ਇੱਕ ਵਾਰ ਥੋੜ੍ਹੇ ਲਫ਼ਜ਼ਾਂ 'ਚ ਫਿਰ ਦੁਹਰਾ ਦਿਆਂ, ਕਿਉਂਕਿ ਇਹ ਆਮ ਵਬਾਹ ਹੈ, ਇਹ ਆਮ ਬਿਮਾਰੀ ਹੈ ਜਿਹੜੀ ਆਮ ਲੋਕਾਂ ਵਿੱਚ ਹੈ, ਔਰ ਬਹੁਤੇ ਸਾਰੇ ਲੋਕ ਇਸ ਗੱਲ ਤੋਂ ਗਾਹੇ ਬਗਾਹੇ ਸਫ਼ਰ ਕਰਦੇ ਨੇ। ਪਹਿਲਾਂ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਪਹਿਲੇ ਇਸ ਪ੍ਰੋਗਰਾਮ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਆਂ ਕਿ ਇਹ ਜੀਵਨ ਚੱਲਣ ਦਾ ਨਾਂ ਹੈ, ਅਤੇ ਚੱਲਦਿਆਂ ਚੱਲਦਿਆਂ ਜਦੋਂ ਕੋਈ ਰੁਕਾਵਟ ਪੈ ਜਾਵੇ ਉਹਦਾ ਨਾਂ ਬਿਮਾਰੀ ਹੈ। ਸਰੀਰ ਦੇ ਅੰਦਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਰਵਾਂ ਨੇ, ਜਿਵੇਂ ਕਰੰਟ ਹੈ ਨਰਵਸ ਸਿਸਟਮ ਰਾਹੀਂ, ਬਲੱਡ ਵੈਸਲ ਰਾਹੀਂ ਖੂਨ ਚੱਲਦਾ ਹੈ, ਲਿੰਫ ਚੈਨਲ ਦੇ ਨਾਲ ਹੀ ਲਿੰਫ ਚੱਲਦਾ ਹੈ। ਸੋ ਇਸ ਤਰ੍ਹਾਂ ਕਰਕੇ ਇਹਨਾਂ ਸਾਰੀ ਵਗਦੇ ਵਹਿੰਦੇ ਪ੍ਰਵਾਹ, ਜੀਵਨ ਦਾ ਇੱਕ ਪ੍ਰਵਾਹ ਜੋ ਚੱਲ ਰਿਹਾ ਸਰੀਰ ਦੇ ਵਿੱਚ, ਉਹਨਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਆ ਜਾਵੇ ਤਾਂ ਉਹ ਦਰਦ ਪੈਦਾ ਕਰਦੀ ਹੈ। ਫਿਜ਼ੀਕਲ ਰੂਪ ਦੇ ਵਿੱਚ ਜਦੋਂ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਕੋਈ ਰੁਕਾਵਟ ਆ ਜਾਂਦੀ ਹੈ ਤਾਂ ਉਹਦਾ ਭਾਵ ਹੁੰਦਾ ਵੀ ਕਿਸੇ ਥਾਂ 'ਤੇ ਐਸੀ ਟ੍ਰੈਫਿਕ ਰੁਕ ਗਈ ਜਿਹੜੀ ਹੇਠਾਂ ਲੱਗੀ ਨਰਵ ਦੇ ਨਾਲ ਅਟੈਚਡ ਹੈਗੀ ਹੈ, ਔਰ ਨਰਵ ਦੇ ਉੱਪਰ ਪ੍ਰੈਸ਼ਰ ਪਾ ਰਹੀ ਹੈ ਜਿਹਦੇ ਕਰਕੇ ਕੋਈ ਦਰਦ ਪੈਦਾ ਹੋ ਰਹੀ ਹੈ। ਸੋ ਭਾਵ ਮੋਟੇ ਤੌਰ 'ਤੇ ਐਕਸਪਲਾਨੇਸ਼ਨ ਦਰਦ ਦਾ ਇਹ ਹੀ ਸੀ, ਚਾਹੇ ਉਸਨੂੰ ਰੂਮੈਟਿਜ਼ਮ ਕਹਿ ਲਓ, ਅਰਥਰਾਈਟਿਸ ਕਹਿ ਲਓ, ਗਾਊਟ ਕਹਿ ਲਓ, ਓਸਟੀਓ ਅਰਥਰਾਈਟਿਸ ਕਹਿ ਲਓ। ਹਾਂ, ਜਦੋਂ ਅਸੀਂ ਲਫ਼ਜ਼ ਵੱਖਰਾ ਇਸਤੇਮਾਲ ਕਰਦੇ ਹਾਂ ਤਾਂ ਓਸਟੀਓ ਦਾ ਮਤਲਬ ਹੁੰਦਾ ਬੋਨ, ਹੱਡੀ ਦਾ ਦਰਦ ਅਗਰ ਹੋਵੇ ਤਾਂ ਅਸੀਂ ਇਹਨੂੰ ਓਸਟੀਓ ਦੇ ਨਾਲ ਜੋੜ ਦਿੱਤਾ। ਇਸੇ ਤਰ੍ਹਾਂ ਹੀ ਮਾਇਲਜੀਆ ਮਸਲ ਦੇ ਨਾਲ ਜੋੜ ਦਿੱਤਾ, ਟੈਂਡੇਨਾਈਟਿਸ ਜਿੱਥੇ ਮਸਲ ਅੱਗੇ ਜਾ ਕੇ ਲੱਗਦਾ ਹੈ ਉਹਦੇ ਨਾਲ ਜੋੜ ਦਿੱਤਾ, ਫਾਈਬਰੋਮਾਇਲਜੀਆ ਕਿਉਂਕਿ ਫਾਈਬਰਸ ਦੇ ਤੌਰ 'ਤੇ ਇੱਕ ਇੱਕ ਤੰਦ ਕਰਕੇ ਮਸਲ ਬਣਦੇ ਨੇ, ਔਰ ਜਿੱਥੋਂ ਜਿੱਥੋਂ ਉਹ ਸ਼ੁਰੂ ਹੁੰਦੇ ਨੇ ਜਿਵੇਂ ਪੰਜੇ ਦੀਆਂ ਉਂਗਲਾਂ ਖਿਲਾਰ ਦਈਏ, ਇਸ ਤਰ੍ਹਾਂ ਅਲੱਗ ਅਲੱਗ ਥਾਵਾਂ ਤੋਂ ਇੱਕ ਮਸਲ ਸ਼ੁਰੂ ਹੁੰਦਾ ਹੈ ਅਤੇ ਫਿਰ ਉਹਦੀ ਇੱਕ ਬੈਲੀ ਬਣਦੀ ਹੈ। ਜਿੱਥੇ ਇਨਸਰਸ਼ਨ ਹੈ ਔਰ ਜਿੱਥੇ ਓਰੀਜਨ ਹੈ, ਉਹਨਾਂ ਦੋਹਾਂ ਦੇ ਵੀ ਅਸੀਂ ਅਲੱਗ ਅਲੱਗ ਨਾਂ ਰੱਖ ਦਿੱਤੇ ਨੇ, ਪਰ ਅਸਲ ਵਿੱਚ ਹਕੀਕਤ ਉਹੀ ਹੈ ਕਿ ਕਿਸੇ ਵੀ ਸਟੇਜ ਦੇ ਉੱਪਰ, ਕਿਸੇ ਵੀ ਥਾਂ ਦੇ ਉੱਪਰ, ਜਿਹੜਾ ਹਰ ਸੈੱਲ ਸੈੱਲ ਤੱਕ ਜ਼ਿੰਦਗੀ ਦਾ ਚਲਣ ਚੱਲ ਰਿਹਾ ਹੈ, ਉਸ ਵਿੱਚ ਰੁਕਾਵਟ ਦਾ ਆ ਜਾਣਾ ਦਰਦ ਪੈਦਾ ਕਰਦਾ ਹੈ, ਔਰ ਉਹ ਦਰਦ ਸਮੁੱਚੇ ਤੌਰ 'ਤੇ ਦਿਮਾਗ ਰਾਹੀਂ ਐਕਸਪ੍ਰੈਸ ਕੀਤੀ ਜਾਂਦੀ ਹੈ ਲਫ਼ਜ਼ ਪੇਨ ਦੇ ਤੌਰ 'ਤੇ। ਸੋ ਇਹ ਸਾਰੀਆਂ ਗੱਲਾਂ ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ। ਅੱਜ ਦਾ ਵਿਸ਼ਾ ਬਹੁਤ ਹੀ ਭਿਆਨਕ ਬਿਮਾਰੀ ਨਾਲ ਜਿਹੜਾ ਸਾਰੀ ਦੁਨੀਆ ਇਸ ਵੇਲੇ ਵਿਚਰ ਰਹੀ ਹੈ ਉਹ ਹੈ ਕੈਂਸਰ। ਕੈਂਸਰ ਦੇ ਨਾਂ ਸੁਣਦਿਆਂ ਹੀ ਇੱਕ ਤਰ੍ਹਾਂ ਨਾਲ ਜਿਸ ਤਰ੍ਹਾਂ ਦਾ ਹਾਲਾਤ ਬਣ ਗਿਆ ਹੈ, ਅੱਧਾ ਤਾਂ ਆਦਮੀ ਵੈਸੇ ਹੀ ਮਰ ਜਾਂਦਾ ਸੁਣ ਕੇ ਵੀ ਮੈਨੂੰ ਕੈਂਸਰ ਹੋ ਗਿਆ। ਪਰ ਮੈਂ ਸ਼ੁਰੂਆਤੀ ਦੌਰ ਵਿੱਚ ਹੀ ਇਹ ਗੱਲ ਯਾਦ ਦਿਹਾਨੀ ਕਰਵਾ ਦੇਣੀ ਚਾਹੁੰਦਾ ਹਾਂ ਕਿ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਕਦੀ ਵੀ ਰੀਜਨਰੇਸ਼ਨ ਭਾਵ ਬਾਡੀ ਦੀ ਬਿਲਟ ਅਪ ਰੁਕਦੀ ਨਹੀਂ। ਐਸਾ ਨਹੀਂ ਹੋਇਆ ਕਿ ਹੁਣ ਇਸ ਤੋਂ ਬਾਅਦ ਰੁਕਣਾ ਬੰਦ ਹੋ ਗਿਆ, ਸਾਡੇ ਸੋਰਸਿਸ ਘੱਟ ਪੈ ਸਕਦੇ ਨੇ, ਸਾਡੇ ਹਾਲਾਤ ਸਾਜ਼ਗਾਰ ਨਹੀਂ ਹੋ ਸਕਦੇ ਜਿਸ ਕਰਕੇ ਕੋਈ ਚੀਜ਼ ਰੁਕ ਗਈ, ਸਟੈਂਡ ਸਟਿਲ ਹੋ ਗਈ, ਜਾਂ ਪ੍ਰੋਗਰੈਸ ਨਹੀਂ ਹੋ ਰਹੀ, ਜਾਂ ਜਿਹੜੀਆਂ ਐਂਟੀ ਫੋਰਸਿਸ ਨੇ ਉਹ ਸਾਨੂੰ ਅੱਗੇ ਨਹੀਂ ਵਧਣ ਦੇ ਰਹੀਆਂ। ਪਰ ਇਹ ਮਤ ਸਮਝੋ ਕਿ ਕਿਸੇ ਚੀਜ਼ ਦੀ ਰੀਜਨਰੇਸ਼ਨ ਹੁਣ ਨਹੀਂ ਹੋਣੀ, ਜਾਂ ਇਹਦਾ ਕੋਈ ਹੁਣ ਪ੍ਰਬੰਧ ਨਹੀਂ ਹੋ ਸਕਦਾ। ਪ੍ਰਬੰਧ ਆਖਰੀ ਸਾਹ ਤੱਕ ਹੋ ਸਕਦਾ ਹੈ। ਫਰਕ ਕੀ ਹੁੰਦਾ ਹੈ, ਸਾਨੂੰ ਉਮਰ ਇਜਾਜ਼ਤ ਨਹੀਂ ਦਿੰਦੀ ਉਹਨੇ ਸਮੇਂ ਦੀ ਜਿੰਨਾ ਸਮਾਂ ਲੋੜੀਂਦਾ ਹੈ। ਫਰਕ ਕੀ ਹੁੰਦਾ ਹੈ ਕਿ ਐਨੀਮੀਕਲ ਫੋਰਸਿਸ ਜਿਹੜੀਆਂ ਸਾਡੇ ਅਗੇਂਸਟ ਜਾਂ ਬਿਮਾਰੀ ਨੂੰ ਪੈਦਾ ਕਰਨ ਵਾਲੀਆਂ ਫੋਰਸਿਸ ਜਾਂ ਹਾਲਾਤ ਜਿਹੜੇ ਵੀ ਸਰੀਰ ਵਿੱਚ ਬਣੇ ਹੋਏ ਨੇ ਉਹ ਇੰਨੇ ਜ਼ਿਆਦਾ ਤੀਬਰ ਨੇ ਔਰ ਇੰਨੇ ਜ਼ਿਆਦਾ ਹਨ
कि असीं उन्हां दा मुकाबला नहीं कर सकते। सो ये सारियां गल्लां आम तौर पर किसी भी बीमारी दे इनक्योरेबल बनन विच सहायता करदियां ने। किसी बीमारी नूं असीं कह देना भी ये इनक्योरेबल है, ठीक नहीं हुंदी, ये ठीक नहीं हो सकती, तो उहदा भाव की हुंदा है कि या तो सानूं उम्र इजाजत नहीं दे रही, या साडे रिसोर्सिज घट ने, या वो अनीमिकल फोर्सिज जिन्हां दे करके ये बीमारी पैदा हुई है उन्हां दी तीव्रता बहुत ज़्यादा हैगी है, तो शरीर की रीजनरेशन साडे उपरालिया नाल भी इन्नी ज़्यादा विकसित नहीं हो सकी कि उहदा कोई मुकाबला कर सके। तो फिर की हो सकता है, भावे कि असी उस हालात दे विच अपने उपरालिया नूं तेज़ करिए, अपनी साइंस अपनी बुद्धि नूं उस दे काबल बनाइए कि जिहड़ियां जिहड़ियां भी रुकावटां आ रही ने असी उन्हां नूं दूर करन दे विच कामयाब हो सकीए, तो फिर कोई भी बीमारी ड्रेडफुल नहीं, कोई भी बीमारी नामा करन चाहे उहदा कुछ भी हो जाए खतरनाक नहीं। पर अजे साडी मैडिकल साइंस इत्थों तक डिवेलप नहीं हुई कि आउण वाले हर इस तरह के हालात का मुकाबला कर सके। इस करके ही बहुत सारिया बीमारियां जिवें एड्स है या कैंसर है, इन सारिया बीमारियां नूं असां ला इलाज बीमारियां की लिस्ट विच रख दिता है, पर ऐसा नहीं है। हुण तक अगर मैडिकल साइंस दे तुसी रिकॉर्ड इकट्ठे करो तो बहुत सारे रिकॉर्ड ऐसे मिलते हैं, खास तौर पर होम्योपैथिक दे रैकर्ड्स विच इस तरह दी बहुत सारी गल्लां शामिल ने। एक तरह का ट्रैक रैकर्ड तुसी कह सकते हो, ब्रेस्ट कैंसर, यूट्राइन कैंसर, प्रोस्टेट कैंसर, स्क्यूमर सेल कारसिनोमा और इस तरह के बहुत सारे डिफरेंट टाइप के जिहड़े कैंसर ने वो होम्योपैथिक मेडिसिन्स नाल दूर होए, क्योंकि एक सिद्धांतिक इलाज है। इस बारे आप अगे चर्चा करांगे, पहला मैं उस कैंसर दे बारे तुहाडे नाल थोड़ी जी डिस्क्रिप्शन सांझी कर लवां। वैसे हरेक बीमारी एक चलदे नॉर्मल प्रवाह विच रुकावट है, ये असी जान लिया। एक तालाब है ना, छोटी जी रोड़ी तुसीं उहदे विच मारो, लहरां उठदियां ने, कुछ दूर तक थोड़ी नज़र नूं वो लहरां दिखाई दिंदियां ने, उस तो बाद वो दिखाई नहीं दिंदियां, पर पानी एक सार है, वो दे विच किते रुकावट नहीं है। इहदा मतलब उस लहर का असर, उस रोड़ी का असर किनारे तक भी है, पर वो इन्ना ज़्यादा नहीं है कि रिवर्स ऑर्डर दे विच भी वो उन्ना ज़्यादा ही तुहानूं दिखाई देवे ते प्रभावित करे, वापसी विच भी इन्ना प्रभावित करे। इस करके वजी हुई रोड़ी का प्रभाव जिहड़ा है वह थोड़े लिमिटेड समय वास्ते हुंदा है। रुकावटां बीमारियां पैदा कर दियां ने इस शरीर दे विच, पर वो शरीर वो तालाब विच वजी हुई उस रोड़ी वांग हन जिन्हां दा रिवर्स ऑर्डर विच उन्ना ज़्यादा इफेक्ट नहीं हुंदा, ते असीं उस उछल नूं, उस धक्के नूं, उस बीमारी दे हालात नूं बर्दाश्त कर जाने, कवर कर लें, तो असी कहने भी अपने आप ठीक हो गया। जिन्हों आम लफ्जा के रजिस्टेंस कहते हैं कि बॉडी के रजिस्टेंस है, बीमारियों के खिलाफ लड़न की ताकत है, जिस करके असी उपर कंट्रोल कर लिया। पर कुछ एक बीमारियां ऐसिया, कुछ एक हालात ऐसे, कुछ एक ऐसी हलचल जिमें भूचाल आ जाए, समुद्र के भूचाल आते हैं, हलचल इन्नी ज़्यादा वड्डी हो जाए कि जी साडे कंट्रोल तो बाहर हो जाए, तो नुकसान भी पैदा करती है। और वो जे नुकसान जिन्हां दी भरपाई साडे कोल नहीं हो सकती, उन्हां नूं असी ला इलाज बीमारियां कहने हैं। और उन्हां बीमारियां दे विचों ही है एक कैंसर जिहदा नाम असी कैंसर रख दिता। उहदे बारे थोड़ी डिस्क्रिप्शन मैं तुहाडे सामने रखा, क्योंकि इहनूं ला इलाज क्या हैगा, पर एकदम तो कोई चीज़ नहीं शुरू हो जाती। हालात होंगे ने जो बिल्कुल हौली 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 वधदे वधदे इस स्टेज तक पहुँच जाते ने कि असी हुण उन्हां नूं कंट्रोल करन दे काबल नहीं, या असी उन्हां नूं रिकोगनाइज करन दे काबल होए हैं, असी उन्हां नूं जानन दे काबल होए हैं, तो उदों असी उहदा नाम रख दिता कैंसर। सधारण तौर पर कोई किल, कोई मौका, कोई ट्यूमर, कोई गिल्टी जिहड़ी कि आम ही शरीरां विच हो जाती है, और आम ही शरीरां विच हो जाती है, और आम ही शरीरां विच ठीक भी हो जाती है। पर जे कोई इस तरह की किल, मौका,
ਟਿਊਮਰ ਸਰੀਰ ਦੇ ਵਿੱਚ ਹੋਇਆ ਅਤੇ ਸਾਲਾਂ ਸਾਲ ਤੁਹਾਡੇ ਨਾਲ ਚੱਲਦਾ ਰਿਹਾ, ਪਰ ਅਚਨਚੇਤ ਉਹਦੇ ਵਿੱਚ ਦਰਦ ਹੋਣੀ ਸ਼ੁਰੂ ਹੋ ਗਈ। ਇਹ ਨਾ ਸਮਝਣਾ ਕਿ ਆਮ ਫੋੜਾ ਜਿਹੜਾ ਪੈਦਾ ਹੁੰਦਾ ਹੈ ਉਹ ਸਟਾਰਟਿੰਗ ਦੇ ਵਿੱਚ ਹੀ ਪੇਨਫੁੱਲ ਹੁੰਦਾ ਹੈ, ਮੈਂ ਉਹਦੀ ਗੱਲ ਨਹੀਂ ਕਰ ਰਿਹਾ, ਉਹ ਇਨਫਲਾਮੇਟਰੀ ਸਟੇਜ ਹੈ ਉਹਦੀ, ਉਹ ਸ਼ੁਰੂਆਤੀ ਇਸ ਤਰ੍ਹਾਂ ਦੀ ਸਟੇਜ ਹੈਗੀ ਆ, ਔਰ ਇਸ ਨੂੰ ਜਿੰਨੀ ਤੀਬਰਤਾ ਹੋਏਗੀ ਉਹਨੂੰ ਉਨੀ ਹੀ ਤੀਬਰਤਾ ਨਾਲ ਸਾਡੀ ਜੀਵਨ ਸ਼ਕਤੀ ਕਵਰ ਕਰ ਲੈਂਦੀ ਹੈ। ਪਰ ਜੇ ਕੋਈ ਸਲੋ ਪ੍ਰੋਗਰੈਸਿਵ ਦੇ ਵਿੱਚ ਇਸ ਤਰ੍ਹਾਂ ਡਿਵੈਲਪ ਹੋਇਆ ਕਿ ਸਾਲਾਂ ਸਾਲ ਸਾਨੂੰ ਉਹਦਾ ਪਤਾ ਹੀ ਨਹੀਂ ਲੱਗਿਆ, ਸਾਲਾਂ ਸਾਲ ਸਾਨੂੰ ਉਹਦਾ ਉਸ ਅਹਿਸਾਸ ਹੀ ਨਹੀਂ ਹੋਇਆ, ਜਾਂ ਸਾਲਾਂ ਸਾਲ ਉਹ ਸਾਡੇ ਸਰੀਰ ਨਾਲ ਚੱਲਦਾ ਰਿਹਾ ਅਤੇ ਕਦੀ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰੀ ਕਿ ਉਹਦੇ ਵਿੱਚ ਦਰਦ ਜਾਂ ਤਕਲੀਫ ਜਾਂ ਉਹਦੇ ਬਾਰੇ ਸਾਨੂੰ ਅਹਿਸਾਸ ਹੀ ਹੋਇਆ ਹੋਵੇ। ਸਾਡੀਆਂ ਅੱਖਾਂ ਵੇਖਦੀਆਂ ਨੇ, ਦਿਲ ਧੜਕਦਾ ਹੈ, ਫੇਫੜੇ ਚੱਲਦੇ ਨੇ, ਅੰਤੜੀਆਂ ਮੂਵ ਕਰ ਰਹੀਆਂ ਨੇ, ਕਦੇ ਸਾਨੂੰ ਮਹਿਸੂਸ ਹੋਇਆ? ਨਹੀਂ ਹੋਇਆ, ਲੇਕਿਨ ਬੜੀ ਤੇਜ਼ੀ ਨਾਲ ਸਾਰਾ ਕੁਝ ਹੋ ਰਿਹਾ। ਇਸੇ ਤਰ੍ਹਾਂ ਹੀ ਕੋਈ ਚੀਜ਼ ਸਰੀਰ ਦੇ ਨਾਲ, ਸਰੀਰ ਦੇ ਵਿੱਚੋਂ ਪੈਦਾ ਹੋਈ ਔਰ ਉਹ ਆਪਣਾ ਕਰਮ ਦੇ ਤੌਰ 'ਤੇ ਚੱਲ ਰਹੀ ਹੈ, ਪਰ ਹੁਣ ਸਾਨੂੰ ਉਹਦਾ ਵੀ ਅਹਿਸਾਸ ਨਹੀਂ ਹੈ, ਉਹ ਵੀ ਸਾਡਾ ਇੱਕ ਨਾਰਮਲ ਜੀਵਨ ਬਣ ਗਿਆ ਹੈਗਾ, ਉਹ ਖਤਰਨਾਕ ਨਹੀਂ ਹੈ। ਪਰ ਜੇ ਅਚਨਚੇਤ ਉਹਦੇ ਵਿੱਚ ਦਰਦ ਹੋਣੀ ਸ਼ੁਰੂ ਹੋ ਜਾਵੇ ਤਾਂ ਇੱਕ ਪਹਿਲੀ ਨਿਸ਼ਾਨੀ ਹੈ ਕਿ ਉਸ ਨੂੰ ਹਮੇਸ਼ਾ ਖਤਰਨਾਕ ਸਮਝੋ। ਇਸੇ ਕਰਕੇ ਆਮ ਟਿਊਮਰ, ਆਮ ਗਿਰਟੀਆਂ, ਆਮ ਇਸ ਤਰ੍ਹਾਂ ਦੇ ਹਾਲਾਤਾਂ ਨੂੰ ਡਾਕਟਰ ਲੋਕ ਸ਼ੁਰੂਆਤੀ ਦੌਰ ਦੇ ਵਿੱਚ ਹੀ ਚਾਹੁੰਦੇ ਆ ਵੀ ਕੱਢ ਦਿੱਤਾ ਜਾਵੇ। ਪਰ ਮੈਂ ਇੱਥੇ ਦੱਸਣਾ ਚਾਹੁੰਦਾ ਹਾਂ, ਕਿਸੇ ਚੀਜ਼ ਦਾ ਇਸ ਤਰ੍ਹਾਂ ਕੱਢ ਦੇਣਾ ਹੱਲ ਨਹੀਂ ਹੈ, ਅੱਖਾਂ ਬੰਦ ਕਰ ਲੈਣਾ ਹੈ। ਜਿਸ ਹਾਲਾਤ ਦੇ ਕਰਕੇ ਉਹ ਗਿਲਟੀ, ਉਹ ਮੌਕਾ, ਕੋਈ ਚੀਜ਼ ਟਿਊਮਰ ਪੈਦਾ ਹੋਇਆ ਹੈ, ਉਹ ਹਾਲਾਤ ਤਾਂ ਤੁਹਾਡੇ ਸਰੀਰ ਦੇ ਵਿੱਚ ਅਜੇ ਵੀ ਚੱਲ ਰਹੇ ਨੇ, ਅਤੇ ਇੱਕ ਨਹੀਂ ਤਾਂ ਉਸ ਤੋਂ ਬਾਅਦ ਕਿਸੇ ਹੋਰ ਦੂਸਰੀ ਥਾਂ 'ਤੇ ਉਹ ਪੈਦਾ ਕਰ ਦੇਵੇਗਾ, ਅਤੇ ਫਿਰ ਤੁਸੀਂ ਇਸੇ ਚੱਕਰ ਵਿੱਚ ਹੀ ਚੱਲਦੇ ਰਹੋਗੇ। ਜਿਵੇਂ ਨਿਊਰੋਫਾਈਬਰੋਮਾ, ਡਾਕਟਰ ਹੁਣ ਕਹਿੰਦੇ ਨੇ ਵੀ ਨਹੀਂ ਭਾਈ ਇਹਦਾ ਓਪਰੇਸ਼ਨ ਕਰਨ ਦਾ ਕੋਈ ਫਾਇਦਾ ਨਹੀਂ, ਕਿਉਂਕਿ ਸਾਰੇ ਸਰੀਰ ਵਿੱਚ ਫੈਲਿਆ ਹੋਇਆ ਕਾਫੀ ਥਾਵਾਂ 'ਤੇ, ਕਿਹਦਾ ਕਿਹਦਾ ਤੁਸੀਂ ਸਰਜੀਕਲੀ ਓਪਰੇਸ਼ਨ ਕਰੋਗੇ ਜਾਂ ਇਸ ਨੂੰ ਕੱਟ ਕਰੋਗੇ, ਤਾਂ ਉਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਅਸੀਂ ਕਹਿੰਦੇ ਇਗਨੋਰ ਕਰ ਦਿੰਦੇ ਹਾਂ। ਪਰ ਜਦੋਂ ਐਸਾ ਹੋਵੇ ਕਿ ਕੋਈ ਚੀਜ਼, ਕੋਈ ਟਿਊਮਰ, ਕੋਈ ਗਿਲਟੀ ਅਚਨਚੇਤ ਦਰਦ ਕਰਨ ਸ਼ੁਰੂ ਕਰੇ, ਤਾਂ ਇਹ ਜ਼ਰੂਰੀ ਹੈ ਕਿ ਉਸ ਦਾ ਉਪਚਾਰ ਕੀਤਾ ਜਾਣਾ ਚਾਹੀਦਾ, ਟੇਕ ਕੇਅਰ ਕੀਤੀ ਜਾਣੀ ਚਾਹੀਦੀ ਹੈ, ਉਹਨੂੰ ਉੱਥੇ ਹੀ ਪਕੜ ਲੈਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਔਰ ਇਹਨਾਂ ਹਾਲਾਤਾਂ ਦੇ ਵਿੱਚ ਅੱਜ ਕੱਲ੍ਹ ਮੈਡੀਕਲ ਸਾਇੰਸ ਵੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਨਹੀਂ, ਫਸਟ ਸਟੇਜ ਅਗਰ ਹੋਵੇ ਤਾਂ ਅਸੀਂ ਕੈਂਸਰ ਨੂੰ ਪੂਰੀ ਤਰ੍ਹਾਂ ਕਿਓਰ ਕਰਦੇ ਹਾਂ, ਔਰ ਐਸਾ ਹੈ ਵੀ ਬਹੁਤ ਸਾਰੇ ਕੇਸਾਂ ਦੇ ਵਿੱਚ ਆਦਮੀ ਆਪਣੀ ਉਮਰ ਭੋਗ ਕੇ ਜਾਂਦਾ ਹੈਗਾ। ਅਤੇ ਜਦੋਂ ਆਦਮੀ ਆਪਣੀ ਉਮਰ ਭੋਗ ਕੇ ਜਾਂਦਾ, ਐਵਰੇਜ ਉਮਰ ਜੋ ਸਾਡੀ ਹੈਗੀ ਹੈ, ਤਾਂ ਅਸੀਂ ਇਹ ਸਮਝਦੇ ਹਾਂ ਵੀ ਨਹੀਂ ਵੀ ਅਸੀਂ ਬਿਮਾਰੀ ਤੋਂ ਖਾਤਮਾ ਕਰ ਦਿੱਤਾ ਸੀ, ਅਸੀਂ ਠੀਕ ਹੋ ਗਏ ਸੀ, ਤੰਦਰੁਸਤ ਹੋ ਗਏ ਸੀਗੇ। ਪਰ ਜੇ ਅਚਨਚੇਤ ਉਹਦੀਆਂ ਬਣਦੀਆਂ ਹੋਈਆਂ ਕੰਪਲੀਕੇਸ਼ਨਾਂ ਸਾਡੇ ਰਾਹ ਵਿੱਚ ਆ ਜਾਣ, ਅਤੇ ਉਸ ਹਾਲਾਤ ਵਿੱਚ ਅਗਰ ਕਿਸੇ ਦੀ ਡੈਥ ਹੁੰਦੀ ਹੈ, ਤਾਂ ਅਸੀਂ ਕਹਾਂਗੇ ਉਹਦੀਆਂ ਕੰਪਲੀਕੇਸ਼ਨ ਨਾਲ ਮਰਿਆ, ਪਰ ਇਹ ਗੱਲ ਦੱਸੇਗਾ ਕੌਣ? ਤੁਹਾਨੂੰ ਡਾਕਟਰ। ਸੋ ਇਸ ਕਰਕੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਮੈਂ ਹਮੇਸ਼ਾ ਤੁਹਾਡੇ ਨਾਲ ਆਮ ਸਧਾਰਨ ਪੰਜਾਬੀ ਦੀਆਂ ਗੱਲਾਂ ਕਰਕੇ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਬਿਮਾਰੀਆਂ ਦੀ ਰੂਪ ਰੇਖਾ ਕੀ ਹੈ, ਬਿਮਾਰੀਆਂ ਦੀ ਆਮ ਤੌਰ 'ਤੇ ਪਿਕਚਰ, ਤਸਵੀਰ ਤੁਹਾਡੇ ਸਾਹਮਣੇ ਕੀ ਆਉਂਦੀ, ਅਤੇ ਤੁਸੀਂ ਉਹਨੂੰ ਕਿਵੇਂ ਜਾਣ ਸਕਦੇ ਹੋ। ਇਹ ਜ਼ਰੂਰੀ ਨਹੀਂ ਜਦੋਂ ਤੁਸੀਂ ਡਾਕਟਰ ਕੋਲ ਜਾਓ ਨਾ ਭਾਵ ਉਦੋਂ ਤਾਂ ਬਹੁਤ ਵੱਡੀ ਗੱਲ ਹੋ ਗਈ। ਡਾਕਟਰ ਕੋਲ ਜਾਣ ਤੋਂ ਪਹਿਲਾਂ ਵੀ ਤੁਹਾਡੇ ਕੋਲ, ਕਿਉਂਕਿ ਸਰੀਰ ਤੁਹਾਡਾ ਹੈ, ਇਹਦਾ ਪਹਿਲਾ ਅਹਿਸਾਸ ਤੁਹਾਡਾ ਹੈ, ਅਤੇ ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਕੀ ਤਬਦੀਲੀ ਮੇਰੇ ਸਰੀਰ 'ਚ ਆਈ ਹੈ, ਤੁਸੀਂ ਇੰਨੇ ਜਾਣਕਾਰ ਹੋਵੋ। ਇਹਨਾਂ ਪ੍ਰੋਗਰਾਮਾਂ ਦਾ ਮੇਰਾ ਮਕਸਦ ਇਹੀ ਹੈ, ਤਾਂ ਕਿ ਤੁਸੀਂ ਜਾਣਕਾਰ ਹੋਵੋ, ਅਤੇ ਡਾਕਟਰ ਕੋਲ ਜਾਣ ਦੀ ਨੌਬਤ ਆਉਣ ਤੋਂ ਪਹਿਲਾਂ ਤੁਸੀਂ ਇਸ ਨੂੰ ਕਵਰ ਕਰਨ ਦੇ ਯੋਗ ਹੋਵੋ। ਅੱਜ ਦਾ ਮੇਰਾ ਸਮਾਂ ਸਮਾਪਤ ਹੈ, ਮੈਂ ਇਸੇ ਪ੍ਰੋਗਰਾਮ ਨੂੰ ਅੱਗੇ ਫਿਰ ਤੁਹਾਡੇ ਅਗਲੇ ਹਫ਼ਤੇ ਦੇ ਪ੍ਰੋਗਰਾਮ ਦੇ ਵਿੱਚ ਫਿਰ ਹੋਰ ਤੁਹਾਡੇ ਨਾਲ ਡਿਸਕਸ ਕਰਾਂਗਾ। ਮੇਰਾ ਫੋਨ ਨੰਬਰ ਤੁਹਾਡੀ ਸਕਰੀਨ 'ਤੇ ਡਿਸਪਲੇ ਹੋ ਰਿਹਾ ਹੈ, ਅਤੇ ਮੇਰਾ ਈਮੇਲ ਐਡਰੈਸ ਮੈਂ ਤੁਹਾਨੂੰ ਦੱਸ ਦੇਵਾਂ, homeomedicine@yahoo.com। ਕਿਸੇ ਵੀ ਵੇਲੇ ਈਮੇਲ ਵੀ ਕਰ ਸਕਦੇ ਹੋ, ਜਾਂ ਫੋਨ 4086871899 'ਤੇ ਕਾਲ ਕਰਕੇ ਵੀ ਕਿਸੇ ਬਿਮਾਰੀ ਬਾਰੇ ਜਾਣਨਾ ਚਾਹੁੰਦੇ ਹੋ, ਕਿਸੇ ਹਾਲਾਤ ਬਾਰੇ ਜਾਣਕਾਰੀ ਚਾਹੁੰਦੇ ਹੋ, ਜਾਂ ਕਿਸੇ ਬਿਮਾਰੀ ਦਾ ਹੋਮਿਓਪੈਥਿਕ ਸਿਧਾਂਤਕ ਤਰੀਕੇ ਨਾਲ ਇਲਾਜ ਕਰਵਾਉਣਾ ਚਾਹੁੰਦੇ ਹੋ, ਤਾਂ ਮੈਨੂੰ ਕਾਲ ਕਰ ਸਕਦੇ ਹੋ 4086871899 'ਤੇ। ਹਮੇਸ਼ਾ ਹੋਮਿਓਪੈਥਿਕ ਇੱਕ ਸਿਧਾਂਤਿਕ ਇਲਾਜ ਨੂੰ ਤਰਜੀਹ ਦੇਣ ਦੀ ਜ਼ਰੂਰਤ ਹੈ, ਤਾਂ ਕਿ ਅਸੀਂ ਬਿਮਾਰੀਆਂ ਨੂੰ ਸ਼ੁਰੂਆਤੀ ਦੌਰ ਦੇ ਵਿੱਚ ਪਕੜ ਸਕੀਏ, ਅਤੇ ਜਿਹੜੀਆਂ ਵੱਧ ਗਈਆਂ ਬਿਮਾਰੀਆਂ ਨੇ ਉਹਨਾਂ ਨੂੰ ਸਿਧਾਂਤਕ ਤੌਰ 'ਤੇ ਠੀਕ ਕਰ ਸਕੀਏ। ਅੱਜ ਦਾ ਸਮਾਂ ਸਮਾਪਤ, ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ।